पंजाब सरकार ने पीडब्ल्यूडी महकमे दे 30 मौजूदा ते साबका अफसरां दे खिलाफ चार्जशीट दे हुक्म दित्ते ने। मामला सड़कां दी मुरम्मत च देरी करन वाली कंपनी दे खिलाफ कारवाई ना करन दा है। पंजाब सरकार ने लोक निर्माण विभाग के साबका ते मौजूदा करीब 30 अधिकारियों नू चार्जशीट करन दे आदेश दिते ने। इन अफसरां नू रोहन राजदीप टोलवेज लिमिटेड कंपनी द्वारा मेंटेन कीतियां जा रहियां सड़कां ते दुबारा तार कोल पाउण दे विच होई देरी नू लैके चार्जशीट करन दे हुक्म होए ने। अधिकारियों ते इल्जाम है कि उन्होंने जानबूझ के कंपनी ते कोई कार्रवाई नहीं की। नतीजा कंपनी नू कथित तौर ते करोड़ां रुपए का फायदा होया। पंजाब सरकार ने पब्लिक वर्क्स डिपार्टमेंट पीडब्ल्यूडी महकमे दे तकरीबन 30 साबका ते हुण मौजूदा अफसरां नूं चार्जशीट करन दे हुक्म दित्ते ने। वजह क्योंकि सड़कां जिहड़ियां एक प्राइवेट निजी कंपनी रोहन राजदीप टोलवेज लिमिटेड जिहड़ा बिल्ट ऑपरेट ते ट्रांसफर बेसिस ते बनाईआं गईआं सीगीआं, उहनां सड़कां दी मरम्मत जो कॉन्ट्रैक्ट दे विच मैंशन सीगा उस दे तहत नहीं कीती गई। ਇਹ ਸੜਕਾਂ ਬੁਲੇਟ ਆਪਰੇਟ ਟ੍ਰਾਂਸਫਰ ਯਾਨੀ ਕਿ BOT ਆਧਾਰ ਤੇ ਬਣਾਈਆਂ ਗਈਆਂ ਨੇ। ਇਹਨਾਂ ਦੀ ਸਮਾਂ ਸੀਮਾ ਜਲਦ ਖਤਮ ਹੋਣ ਵਾਲੀ ਹੈ। ਛੇਤੀ ਹੀ ਕੰਪਨੀ ਇਹ ਸੜਕਾਂ ਪੰਜਾਬ ਸਰਕਾਰ ਨੂੰ ਸੌਂਪ ਦੇਵੇਗੀ। ਇਸ ਬਾਬਤ ਜਦੋਂ ਕੰਪਨੀ ਦੇ ਕੁਰਾਲੀ ਸਿਸਵਾ ਸੜਕ ਤੇ ਸਥਿਤ ਖੇਤਰੀ ਦਫ਼ਤਰ ਦੇ ਵਿੱਚ ਜਾ ਕੇ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੰਪਨੀ ਦੇ ਅਧਿਕਾਰੀਆਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਇਹ ਰੋਹਨ ਰਾਜਦੀਪ ਦਾ ਇੱਕ ਟੋਲ ਪਲਾਜ਼ਾ ਹੈ। ਰੋਹਨ ਰਾਜਦੀਪ ਕੰਪਨੀ ਵੱਲੋਂ ਜਿਹੜਾ ਹੈ ਇਹ ਟੋਲ ਪਲਾਜ਼ਾ ਇੱਥੇ ਟੋਲ ਕਲੈਕਟ ਕੀਤਾ ਜਾਂਦਾ ਹੈ। ਇਹ ਮੋਰਿੰਡਾ ਕੁਰਾਲੀ ਅਤੇ ਸਿਸਵਾਂ ਰੋਡ ਜਿਹੜਾ ਹੈ ਉਸਦਾ ਉੱਤੇ ਟੋਲ ਪਲਾਜ਼ਾ ਹੈ। ਰਿਪੇਅਰ ਦਾ ਕੰਮ ਜਿਹੜਾ ਸੀਗਾ ਉਸਦੇ ਵਿੱਚ ਡਿਲੇ ਜਿਹੜਾ ਹੋਇਆ ਬਾਵਜੂਦ ਇਸਦੇ ਵਧੇ ਹੋਏ ਰੇਟਾਂ ਦੇ ਨਾਲ ਜਿਹੜਾ ਹੈ ਉਹਨਾਂ ਵੱਲੋਂ ਜਿਹੜਾ ਟੋਲ ਹੈ ਉਹ ਕਲੈਕਟ ਕੀਤਾ ਜਾ ਰਿਹਾ ਸੀ। ਹਾਲਾਂਕਿ ਇਸ ਬਾਬਤ ਜਦੋਂ ਅਸੀਂ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੰਪਨੀ ਦੇ ਅਧਿਕਾਰੀ ਜਿਹੜੇ ਨੇ ਉਹ ਗੱਲ ਕਰਨ ਨੂੰ ਤਿਆਰ ਨਹੀਂ ਨੇ। ਦੂਜੇ ਪਾਸੇ ਅਸੀਂ ਦੱਸਦੇ ਨੇ ਤੁਹਾਨੂੰ ਇਹ ਰੋਹਨ ਰਾਜਦੀਪ ਟੋਲਵੇਜ਼ ਲਿਮਟਿਡ ਦਾ ਇਹ ਦਫ਼ਤਰ ਹੈ, ਇਹ ਰੀਜਨਲ ਆਫਿਸ ਹੈ ਰੋਹਨ ਰਾਜਦੀਪ ਟੋਲਵੇਜ਼ ਲਿਮਟਿਡ ਦਾ। ਜਿਹੜੀਆਂ ਸੜਕਾਂ ਦੀ ਮੁਰੰਮਤ ਦੇ ਵਿੱਚ ਕੁਤਾਹੀ ਵਰਤੀ ਗਈ ਹੈ ਉਹਨਾਂ ਦੇ ਵਿੱਚ ਦਾਖਾ ਹਲਵਾਰਾ ਰਾਏਕੋਟ ਬਰਨਾਲਾ ਰੋਡ, ਮੋਰਿੰਡਾ ਕੁਰਾਲੀ ਸਿਸਵਾਂ ਰੋਡ, ਕੀਰਤਪੁਰ ਸਾਹਿਬ ਨੰਗਲ ਉਨਾ ਰੋਡ, ਜਗਰਾਓ ਨਕੋਦਰ ਰੋਡ, ਪਟਿਆਲਾ ਸਮਾਨਾ ਪਾਤਰਾ ਰੋਡ, ਬਲਾਚੌਰ ਗੜਸ਼ੰਕਰ ਹੁਸ਼ਿਆਰਪੁਰ ਰੋਡ ਹੈ। ਇਲਜ਼ਾਮ ਹੈ ਕਿ ਇਹਨਾਂ ਸੜਕਾਂ ਦੀ ਨੇਮਾ ਤਹਿਤ ਦੁਬਾਰਾ ਤਾਰ ਕੋਲ ਪਾ ਕੇ ਮੁਰੰਮਤ ਕੀਤੇ ਬਿਨਾਂ ਹੀ ਟੋਲ ਪਲਾਜ਼ਾ ਦੇ ਰੇਟ ਵਧਾ ਦਿੱਤੇ ਗਏ। ਨੇਮਾ ਦੇ ਅਨੁਸਾਰ ਕੰਪਨੀ ਨੇ ਪਹਿਲਾਂ ਤੈਅ ਸਮੇਂ ਦੇ ਵਿੱਚ ਸੜਕਾਂ ਦੀ ਮੁਰੰਮਤ ਕਰਨੀ ਸੀ ਜੋ ਸਮੇਂ ਅੰਦਰ ਨਹੀਂ ਕੀਤੀ ਗਈ। कुराली से जो सिसवान रोड जाती है मुझे लगभग 7 से 8 महीने हो गए इस रोड से अप डाउन करते हुए, तो इसके हालात बहुत ज़्यादा ख़राब हो चुके हैं। सरकार को इसे रिपेयर कराना चाहिए लेकिन ये बहुत ज़्यादा दिन से रिपेयर नहीं हो रहा है और जगह जगह रोड पे गड्ढे हो चुके हैं जिसके बहुत ज़्यादा चांसेज है एक्सीडेंट के। PWD ਦੇ ਅਧਿਕਾਰੀਆਂ ਨੂੰ 19 ਸਤੰਬਰ ਨੂੰ ਭੇਜੇ ਪੱਤਰ ਦੇ ਵਿੱਚ ਇਹ ਕਿਹਾ ਗਿਆ ਕਿ ਕੰਟਰੈਕਟ ਦਾ ਉਲੰਘਨ ਕਰਨ ਕਰਕੇ ਕੰਪਨੀ ਦੇ ਖਿਲਾਫ ਰਿਕਵਰੀ ਪ੍ਰੋਸੀਡਿੰਗਸ ਕੀਤੀ ਜਾਵੇ। ਕਾਨੂੰਨ ਦੇ ਤਹਿਤ ਜੋ ਸਖਤ ਕਾਰਵਾਈ ਬਣਦੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ। ਇੱਕ ਹਫ਼ਤੇ ਦੇ ਅੰਦਰ ਚਾਰਜਸ਼ੀਟ ਕਰਨ ਦੇ ਉਹਨਾਂ ਨੂੰ ਹੁਕਮ ਸੀਗੇ, ਪਰ ਇੱਕ ਅਧਿਕਾਰੀ ਨਾਲ ਅਸੀਂ ਗੱਲ ਕੀਤੀ ਹੈ ਜਿਹਦਾ ਨਾਂ ਜਿਹੜਾ ਹੈ ਉਸ ਚਿੱਠੀ ਦੇ ਵਿੱਚ ਮੈਂਸ਼ਨ ਸੀਗਾ ਅਤੇ ਉਹਨੇ ਕਿਹਾ ਹੈ ਕਿ ਹਜੇ ਤੱਕ ਜਿਹੜਾ ਹੈ ਮੈਨੂੰ ਕੋਈ ਵੀ ਉਸ ਬਾਬਤ ਜਿਹੜੀ ਹੈ ਜਾਣਕਾਰੀ ਨਹੀਂ ਮਿਲੀ ਹੈ ਚਾਰਜਸ਼ੀਟ ਵਾਸਤੇ, ਤਾਂ ਫਿਲਹਾਲ ਚਾਰਜਸ਼ੀਟ ਜਿਹੜਾ ਹੈ ਉਹਨਾਂ ਨੂੰ ਨਹੀਂ ਕੀਤਾ ਗਿਆ ਉਸ ਅਧਿਕਾਰੀ ਦੇ ਮੁਤਾਬਿਕ। ਹਾਲ ਮੋਰਿੰਡਾ ਸਿਸਵਾਂ ਸੜਕ ਤੇ ਕੁਰਾਲੀ ਦੇ ਨੇੜੇ ਬੂਥਗੜ੍ਹ ਪਿੰਡ ਦੇ ਨੇੜੇ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਸ ਥਾਂ ਤੇ ਸੜਕ ਦੀ ਹਾਲਤ ਖਰਾਬ ਹੈ ਜਦੋਂ ਕਿ ਸਿਸਵਾਂ ਦੇ ਵੱਲ ਸੜਕ ਦੀ ਮੁਰੰਮਤ ਦਾ ਕੰਮ ਇਸੇ ਹਫ਼ਤੇ ਕਰ ਦਿੱਤਾ ਗਿਆ। ਦਾਅਵਾ ਕੀਤਾ ਗਿਆ ਕਿ ਸਰਕਾਰ ਦੀ ਸਖ਼ਤੀ ਦੇ ਬਾਅਦ ਹੀ ਇਹਨਾਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ।